ਪੰਜਾਬ ਸਰਕਾਰ ਵੱਲੋਂ ਆਲ ਪਾਰਟੀ ਮੀਟਿੰਗ ਬੁਲਾਈ ਗਈ ਹੈ ਜੋ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਉਸ ਮੁੱਦੇ ਤੇ ਆਮ ਆਦਮੀ ਪਾਰਟੀ ਵੱਲੋਂ ਅਮਨ ਅਰੋੜਾ ਜੀ ਹਰਪਾਲ ਚੀਮਾ ਜੀ ਔਰ ਬਰਨਾਲੇ ਤੋਂ MLA ਮੀਤ ਹੇਰ ਜੀ ਅਤੇ ਮੇਰੀ ਡਿਊਟੀ ਲੱਗੀ ਸੀ ਮੈਂ ਦਿੱਲੀ ਤੋਂ ਆਇਆ ਦਿੱਲੀ ਹੀ ਚੱਲਿਆ ਇਸ ਕਰਕੇ ਮੈਂ ਮੀਟਿੰਗ 'ਚੋਂ ਪਹਿਲਾਂ ਆ ਗਿਆ 2 ਵਜੇ ਫਲਾਈਟ ਹੈ ਕਿਉਂਕਿ 4 ਵਜੇ ਅੱਜ ਪਾਰਲੀਮੈਂਟ ਜਿਹੜੀ ਲੋਕ ਸਭਾ ਚੱਲੂਗੀ ਤਾਂ ਉਹਦੇ ਵਿੱਚ ਅਸੀਂ ਇਹੀ ਮੰਗ ਕਰਨੀ ਹੈ ਕਿ ਖੇਤੀ ਬਿੱਲਾਂ 'ਤੇ ਚਰਚਾ ਕੀਤੀ ਜਾਵੇ ਖੁੱਲ੍ਹ ਕੇ ਚਰਚਾ ਕੀਤੀ ਜਾਵੇ ਅਤੇ ਇਹਨਾਂ ਨੂੰ ਵਾਪਸ ਲਿਆ ਜਾਵੇ ਅਤੇ ਮੀਟਿੰਗ ਦੇ ਵਿੱਚ ਵੀ ਮੈਂ ਇਹੀ ਕਿਹਾ ਪਾਰਟੀ ਵੱਲੋਂ ਕਿ ਉੱਥੇ ਤਾਂ ਹੁਣ ਬਾਰਡਰ 'ਤੇ ਤਾਂ ਸੜਕਾਂ 'ਤੇ ਕਿੱਲ ਕੱਢਣ ਲੱਗ ਗਏ ਉਹ ਉੱਥੇ ਤਾਂ ਜਿਵੇਂ ਕੋਈ ਦੁਸ਼ਮਣ ਦੀ ਫੌਜ ਨੂੰ ਰੋਕਣਾ ਹੋਵੇ ਉਹ ਤਕਨੀਕਾਂ ਅਪਣਾ ਰਹੇ ਨੇ ਅਤੇ ਕੈਪਟਨ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਕਿਹਾ ਸੀਗਾ ਕਿਸਾਨਾਂ ਨੂੰ ਕਿ ਦਿੱਲੀ ਚੱਲੋ ਮੈਂ ਤੁਹਾਡੇ ਨਾਲ ਹਾਂ ਪਰ ਉਹ ਦਿੱਲੀ ਚਲੇ ਗਏ ਤੁਸੀਂ ਗਏ ਨਹੀਂ ਉੱਥੇ ਤੁਸੀਂ ਲਾਵਾਰਸ ਛੱਡ ਤੇ ਲੱਖਾਂ ਲੋਕ ਪੰਜਾਬ ਦੇ ਇਸ ਵਕਤ ਉਹ ਜਿਹੜੇ ਲੋਕ ਨੇ ਪੰਜਾਬ ਦੇ ਉਹ ਆਪਣੇ ਆਪ ਨੂੰ ਲਾਵਾਰਸ ਉੱਥੇ ਮਹਿਸੂਸ ਕਰ ਰਹੇ ਨੇ ਕਿ ਸਾਡੇ ਵੱਲੋਂ ਤਾਂ ਕੋਈ ਬੋਲਦਾ ਹੀ ਨਹੀਂ ਸਾਡਾ ਕੋਈ ਵਾਰਸ ਹੀ ਹੈ ਨਹੀਂ ਉਹ ਜਦੋਂ ਮਰਜ਼ੀ BJP ਜਿਹੜੀ ਹੈ ਉਹ ਆਪਣੇ ਗੁੰਡੇ ਭੇਜ ਕੇ ਉੱਥੇ ਇੱਟਾਂ ਰੋੜੇ ਪੱਥਰ ਚਲਾ ਦਿੰਦੀ ਹੈ ਜਦੋਂ ਮਰਜ਼ੀ ਉਹ ਕਿਸੇ ਨੂੰ ਫੜ ਕੇ ਲੈ ਜਾਂਦੇ ਨੇ ਹਜ਼ਾਰਾਂ ਮੁੰਡੇ ਜੇਲ੍ਹਾਂ 'ਚ ਕਰਤੇ ਹਜੇ ਪਤਾ ਨਹੀਂ ਲੱਗ ਰਿਹਾ ਕਿੱਥੇ ਨੇ ਅਤੇ ਕਿਉਂ ਨਹੀਂ ਤੁਸੀਂ ਪੰਜਾਬ ਵੱਲੋਂ ਇੱਕ ਹੈਲਪ ਡੈਸਕ ਬਣਾਉਂਦੇ ਉੱਥੇ ਕਿ ਹਾਂਜੀ ਅਸੀਂ ਪੰਜਾਬ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਇੱਥੇ ਹੈਗੇ ਹਾਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉਹਦੇ ਵਿੱਚ ਪਾ ਲਓ ਤੁਸੀਂ ਉੱਥੇ ਜਾ ਕੇ ਬੈਠੋ ਕੈਂਪ ਲਾਓ ਉੱਥੇ ਇੱਥੇ ਫਾਰਮ ਹਾਊਸ 'ਚ ਬੈਠਣ ਦਾ ਕੀ ਫਾਇਦਾ ਹੋਇਆ ਉਹ 26 ਨਵੰਬਰ ਤੋਂ ਲੈ ਕੇ ਅੱਜ ਤੱਕ ਉਹ ਕਿੰਨਾ ਕੁਛ ਉਹਨਾਂ ਨੇ ਝੱਲਿਆ ਅਤੇ ਉਹਦੇ ਵਾਸਤੇ ਠੀਕ ਹੈ ਅੰਦੋਲਨ ਉਹਨਾਂ ਦਾ ਗੈਰ ਰਾਜਨੀਤਿਕ ਹੈ ਉੱਥੇ ਨਾ ਜਾਓ ਪਰ ਮੋਦੀ ਨਾਲ ਅਤੇ ਅਮਿਤ ਸ਼ਾਹ ਨਾਲ ਤਾਂ ਮੀਟਿੰਗ ਕਰੋ ਨਾ ਆਪਦੇ ਪਰਿਵਾਰ ਦੇ ਮੈਂਬਰਾਂ 'ਤੇ ਕੋਈ ਪਰਚਾ ਪੈਂਦਾ ਜਾਂ ਕੋਈ ਇਨਕੁਆਇਰੀ ਖੁੱਲ੍ਹਦੀ ਉਹਦੇ ਵਾਸਤੇ ਤਾਂ 1 ਮਿੰਟ 'ਚ ਗ੍ਰਹਿ ਮੰਤਰੀ ਕੋਲ ਚਾਜਾ ਵੜਦੇ ਹੋ ਅਤੇ ਹੁਣ ਕਿਉਂ ਨਹੀਂ ਜਾਂਦੇ ਲੋਕਾਂ 'ਤੇ ਪਰਚੇ ਪੈ ਗਏ ਲੱਖਾਂ ਮੁੰਡੇ ਜਿਹੜੇ ਨੇ ਉਹ ਹਜੇ ਲਾਪਤਾ ਨੇ ਪੰਜਾਬ ਸਰਕਾਰ ਵੱਲੋਂ ਕਿਉਂ ਨਹੀਂ ਮੋਦੀ ਤੋਂ ਟਾਈਮ ਲੈਂਦੇ ਕਿਉਂ ਨਹੀਂ ਤੁਸੀਂ ਉੱਥੇ ਅਮਿਤ ਸ਼ਾਹ ਤੋਂ ਟਾਈਮ ਲੈਂਦੇ ਕਿਉਂਕਿ ਇਹਨਾਂ ਦੋਨਾਂ ਤੋਂ ਬਿਨਾਂ ਨਹੀਂ ਗੱਲ ਬਣਨੀ ਅਤੇ ਕਿਸਾਨ ਜਥੇਬੰਦੀਆਂ ਇਸ ਵਕਤ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੀਆਂ ਨੇ ਹਾਲਾਂਕਿ ਸੰਘਰਸ਼ ਬਹੁਤ ਵੱਡਾ ਉਹਦੇ ਵਿੱਚ 26 ਜਨਵਰੀ ਤੋਂ ਬਾਅਦ ਜੋ ਮੀਡੀਆ ਨੇ ਵੀ ਉਹਨਾਂ ਦਾ ਜਿਹੜਾ ਸਰਕਾਰੀ ਮੀਡੀਆ ਉਹਨਾਂ ਨੇ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅੰਦੋਲਨ ਫਿਰ ਉੱਥੇ ਹੀ ਖੜ੍ਹਾ ਅੰਦੋਲਨ ਰਹੂਗਾ ਅਸੀਂ ਦਿੱਲੀ ਸਰਕਾਰ ਵੱਲੋਂ ਸੇਵਾਦਾਰ ਬਣ ਕੇ ਕੰਮ ਕਰ ਰਹੇ ਹਾਂ ਅਸੀਂ ਇਹ ਵੀ ਕਿਹਾ ਕੈਪਟਨ ਸਾਹਿਬ ਮੈਂ ਕਿਹਾ ਤੜਕੇ ਉੱਠ ਕੇ ਤੁਸੀਂ ਦਿੱਲੀ ਦੀ ਸਰਕਾਰ ਨੂੰ ਭੰਡਣ ਲੱਗ ਜਾਂਦੇ ਹੋ ਤੁਸੀਂ ਉੱਥੇ ਆਓ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਉੱਥੇ ਦਿੱਲੀ 'ਚ ਸਰਕਾਰ ਹੈ ਠੀਕ ਹੈ ਜੀ ਤੁਹਾਡੀ ਹੈਲਪ ਕਰਾਂਗੇ ਰਾਜਨੀਤੀਆਂ ਬਾਅਦ 'ਚ ਕਰ ਲਾਂਗੇ ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਬਾਲਣ ਵਾਲਾ ਅੱਜ ਆਪਦੇ ਚੁੱਲ੍ਹੇ ਦੀ ਅੱਗ ਬਚਾਉਂਦਾ ਫਿਰਦਾ ਹੈ ਅਤੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉੱਥੇ ਜਾ ਕੇ ਆਪਾਂ ਗੱਲ ਕਰਦੇ ਪਿਛਲੀ ਜਿਹੜੀ ਮੀਟਿੰਗ ਹੋਈ ਸੀ ਆਲ ਪਾਰਟੀ ਮੀਟਿੰਗ ਉਹ 'ਚ ਇਹ ਪ੍ਰਸਤਾਵ ਕੀਤਾ ਸੀ 24 ਜੂਨ ਨੂੰ ਕਿ ਪ੍ਰਧਾਨ ਮੰਤਰੀ ਨਾਲ ਆਲ ਪਾਰਟੀ ਵਫਦ ਮਿਲੂਗਾ ਕਿੱਥੇ ਗਿਆ ਉਹ ਵਾਅਦਾ ਜੇ ਉਦੋਂ ਹੀ ਮਿਲੇ ਹੁੰਦੇ ਤਾਂ ਗੱਲ ਕੋਈ ਹੋਰ ਹੋਣੀ ਸੀ ਜੇ ਪਕਾਨ ਸਿੰਘ ਪੰਨੂ ਦੀ ਰਿਪੋਰਟ 'ਤੇ ਗੌਰ ਕੀਤੀ ਹੁੰਦੀ ਕੈਪਟਨ ਸਾਹਿਬ ਮੈਂ ਅੱਜ ਗੱਲ ਕਹੀ ਹੈ ਤਾਂ ਗੱਲ ਕੁਛ ਹੋਰ ਹੋਣੀ ਸੀ ਜੇ ਹਾਈ ਪਾਵਰ ਕਮੇਟੀ ਜਿਹੜੀ ਜਿਹਦੇ ਵਿੱਚ ਆਖਰੀ 2 ਮੀਟਿੰਗਾਂ ਅਟੈਂਡ ਕੀਤੀਆਂ ਗਈਆਂ ਨੇ ਉਹਦੇ ਵਿੱਚ ਆ ਕੇ ਲੋਕਾਂ ਨੂੰ ਦੱਸ ਦਿੱਤਾ ਜਾਂਦਾ ਉਸੇ ਵੇਲੇ ਲਾਮਬੰਦੀ ਹੋ ਜਾਂਦੀ ਤਾਂ ਗੱਲ ਕੁਛ ਹੋਰ ਹੋਣੀ ਸੀ ਹੁਣ ਸਾਰਾ ਕੁਝ ਕਰਕੇ ਜਦੋਂ ਹਰ ਰੋਜ਼ 2 ਤੋਂ 3 ਦੀ ਐਵਰੇਜ ਹੈ ਜਾਨਾਂ ਜਾਣ ਦੀ 200 ਦੇ ਨੇੜੇ ਤੇੜੇ ਉੱਥੇ ਮੌਤਾਂ ਹੋ ਚੁੱਕੀਆਂ ਨੇ ਕਿਉਂ ਨਹੀਂ ਗੱਲ ਕਰਦੇ ਜੀ ਤੁਸੀਂ ਤੁਸੀਂ ਮੀਡੀਏਟਰ ਬਣੋ ਨੈਗੋਸ਼ੀਏਟਰ ਤੁਸੀਂ ਬਣੋ ਅੱਜ ਵੀ ਮਤਾ ਪਾਇਆ ਅੱਜ ਮਤੇ ਦੇ ਵਿੱਚ ਵੀ ਉਹ ਇਹੀ ਕਹੀ ਜਾਂਦੇ ਨੇ ਕਿ ਅੰਦੋਲਨਕਾਰੀਆਂ 'ਤੇ ਕੇਸ ਵਾਪਸ ਲੈਣੇ ਚਾਹੀਦੇ ਹੈ ਅਤੇ ਅਸੀਂ ਉੱਥੇ ਉਹਨਾਂ ਦਾ ਰੂਪਰੇਖਾ ਤਿਆਰ ਕਰਾਂਗੇ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਜਦਕਿ ਲਿਸਟ ਆਫ ਬਿਜ਼ਨਸ ਜਿਹੜੀ ਹੈ ਇਸ ਬਜਟ ਸੈਸ਼ਨ ਦੀ ਲਿਸਟ ਆਫ ਬਿਜ਼ਨਸ ਦੇ ਵਿੱਚ 30 ਬਿੱਲ ਆਉਣਗੇ 30 'ਚੋਂ ਪਹਿਲੇ ਨੰਬਰ 'ਤੇ ਤਾਂ ਪਰਾਲੀ ਵਾਲਾ ਆਊਗਾ ਅਤੇ 29ਵੇਂ ਨੰਬਰ 'ਤੇ ਬਿਜਲੀ ਅਮੈਂਡਮੈਂਟ ਜਦਕਿ ਸਰਕਾਰ ਨੇ ਵਾਅਦਾ ਕੀਤਾ ਉਹਨਾਂ ਨੇ ਕਿਸਾਨਾਂ ਨਾਲ ਕਿ ਨਹੀਂ ਲੈ ਕੇ ਆਉਂਦੇ ਉਹਦੇ ਵਿੱਚ ਵੀ ਅੱਜ ਇੱਥੇ ਮਤਾ ਪਾਇਆ ਕਿ ਇਹ ਵਾਪਸ ਹੋਣੇ ਚਾਹੀਦੇ ਹਨ ਇਹ ਚਾਹੀਦੇ ਹਨ ਕਰਕੇ ਮਤੇ ਪਾ ਕੇ ਕੋਈ ਫਾਇਦਾ ਨਹੀਂ ਹੋਣਾ ਦਿੱਲੀ ਜਾ ਕੇ ਬੈਠੋ ਪੰਜਾਬ ਸਰਕਾਰ ਉੱਥੇ ਪੰਜਾਬ ਨੂੰ ਰੀਪ੍ਰਜੈਂਟ ਕਰੇ ਕਾਂਗਰਸ ਨੂੰ ਨਹੀਂ ਕਰਨੀ ਮੈਂ ਇਹ ਵੀ ਕਿਹਾ ਮੈਂ ਕੱਲ੍ਹ ਲੋਕ ਸਭਾ ਦੇ ਵਿੱਚ ਮੈਂ ਰੌਲਾ ਪਾਇਆ ਕਾਂਗਰਸ ਦੇ MP ਕਿਉਂ ਨਹੀਂ ਇਕੱਠੇ ਖੜੇ ਹੋਏ ਹਾਂ ਰਾਜ ਸਭਾ ਦੇ ਵਿੱਚ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਤਾਂ ਰਾਜ ਸਭਾ ਜਿਹੜੀ ਅਡਜਨ ਕਰਨੀ ਪੈ ਗਈ ਅਤੇ 2 ਜਾਂ 3 ਇਹਨਾਂ ਦੇ MP ਨੇ ਜਿਹੜੇ ਉਹ ਬੈਠੇ ਨੇ ਉੱਥੇ ਜੰਤਰ ਮੰਤਰ 'ਤੇ ਉਹਨਾਂ ਕੋਲ ਆਪਦੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਨਹੀਂ ਜਾਂਦੇ ਸੋ ਇਸ ਕਰਕੇ ਕਾਂਗਰਸ ਵੱਲੋਂ ਤੁਸੀਂ ਲੀਡਰਾਂ ਨੂੰ ਮੈਂ ਸਾਰੀ ਕਾਂਗਰਸ ਪਾਰਟੀ ਨੂੰ ਕਹੋ ਕਿ ਉਹ ਸਾਥ ਦੇਣ ਲੋਕ ਸਭਾ ਦੇ ਵਿੱਚ ਤਾਂ ਇਕੱਠੇ ਹੋ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਇਹ ਕਿਸਾਨਾਂ ਦੇ ਸੰਘਰਸ਼ ਦੀ ਆਵਾਜ਼ ਉੱਥੇ ਉਠਾਈਏ ਅਤੇ ਇਹਨਾਂ ਕਾਨੂੰਨ ਨੂੰ ਵਾਪਸ ਕਰਵਾਈਏ ਸਪੈਸ਼ਲੀ ਆਏ ਜੀ ਉੱਥੋਂ ਅੱਜ ਸਪੈਸ਼ਲੀ ਆਏ ਸਪੈਸ਼ਲੀ ਫਿਰ ਚੱਲੇ ਮੈਂ ਇਹੀ ਕਹਿਣਾ ਚਾਹਤਾ ਹੂੰ ਕਿ ਵਹਾਂ ਪਰ ਜੈਸੇ ਬਾਰਡਰ ਪਰ ਦੁਸ਼ਮਨ ਕੀ ਫੌਜ ਕੋ ਰੋਕਨੇ ਕੇ ਲੀਏ ਬਾਧਾਏ ਕ੍ਰੀਏਟ ਕੀ ਜਾਤੀ ਹੈ ਵਹਾਂ
वैसा किया जा रहा है। वहां पे कील लगा दिए गए हैं, जैसे दुश्मन की फौज को रोकने के लिए बारूदी सुरंगें बिछाते हैं। ये देश का अन्नदाता है, इनसे क्या खतरा है आपको? तो ये मैंने पंजाब सरकार को बोला है कि पंजाब सरकार वहां पे पंजाब की तरफ से बैठे, वहां पे कैंप ऑफिस हो, कोई दिक्कत आए या जो पर्चे दर्ज हुए हैं या लापता नौजवान है जो मिल नहीं रहे 26 की घटनाक्रम के बाद, उनको उनके परिवारों को हेल्प की जाए, उनकी मदद की जाए, उनका केस लड़ा जाए, उनको लीगल एड दी जाए। तो ये यहाँ पे मते पास करने का कोई फायदा नहीं है। हम तो चलो साथ दे देंगे यहाँ पे, पर लेकिन लड़ना दिल्ली में ही पड़ेगा, क्योंकि पंजाब के लाखों लोग वहाँ अपने आप को लाभार्थ महसूस कर रहे हैं। होके मोदी तो हमेशा तो टाइम लो, धरने बहुत हो गए, धरने तो 6 महीने चली जाते हैं, तो धरने तो हूँ धरने का दे रखे जी सारा कुछ है। हुण ये गलबात सिट्टा कढ़िए, कानून वापस करवाइए, नरेंद्र मोदी और अमित शाह उन्होंने उन्होंने तो टाइम लैके उन्होंने मिलया जाए, ताकि इस अंदोलन का जो ट्रैक्टर के मूँह दिल्ली सरकार वाल ने अपने अपने खेतों वालू हो, पंजाब की होंद का सवाल है। पंजाब लीड कर रहा, पंजाब लड़ रहा है, तो जोड़े हूँ उ ट्रालियां वापस आने लग गई, डीमोरलाइज हो गए लोग, उत्थे बेनतियां कर रहे हैं। मैं भी थोड़े जरिए कहना कि अंदोलन खत्म नहीं होया, उत्थे ही रहो, डट के साथ दियो। हाँ, जे किसी ने आना है कोई पिंडों होर ट्रालियां चली जान, असी उत्थे हैगे हां, असी पार्लीमेंट बजट सैशन चल रहा है, हर रोज उत्थे आवाज उठूगी। हुण भी मैं इत्थों सीधा एयरपोर्ट जाके 4 बजे अज पार्लीमेंट शुरू होगी, अज फिर उत्थे लोगों के हक च आवाज गूंजूगी।